युवक जंजीरों से बंधा आप देख रहे हैं, ये कोई कातिल या गैंगस्टर नहीं बल्कि एक आम इंसान है जो डीजे का काम कर अपने परिवार का पालन पोषण करता था, लेकिन अपने ही दूर के रिश्तेदार द्वारा एक ऑडियो क्लिप वायरल करने के कारण ये युवक अपना मानसिक संतुलन खो चुका है और पागल हो चुका है। इस बारे में जानकारी देते हुए युवक के भाई प्रेम सिंह ने बताया कि उसके भाई निर्मल सिंह का अपने ही दूर के रिश्तेदार बलविंदर सिंह फौजी के साथ कुछ पैसों का लेन देन था, जिसके चलते 16 तारीख को लोगों के बीच बैठकर लिखती राजीनामा भी हो गया था, लेकिन राजीनामे के 2 दिन बाद ही बलविंदर सिंह ने उसके भाई की फोटो लगाकर एक ऑडियो सोशल मीडिया पर वायरल कर दी, जिसमें निर्मल सिंह को धोखेबाज कहा गया था और लोगों को उससे होशियार रहने को कहा गया, जो कि ऑडियो सुनने के बाद निर्मल सिंह एकदम सदमे में आ गया और पागलों जैसी हरकतें शुरू कर दी। निर्मल सिंह को इलाज के लिए अमृतसर के एक अस्पताल में भर्ती करवाया गया है, यहाँ डॉक्टरों द्वारा उसका इलाज किया जा रहा है। निर्मल सिंह के भाई ने बताया कि उसका भाई एक ईमानदार इंसान था जो कि अपनी बेइज्जती बर्दाश्त नहीं कर पाया और पागलों जैसी हरकतें शुरू कर दी है। वहीं उन्होंने पुलिस प्रशासन से मांग की है कि उक्त बलविंदर सिंह पर कानून के मुताबिक कार्रवाई की जाए। हाँ सर। जी सर, की मसला है बलजीत कौर पत्नी निर्मल सिंह ने दरखास्त दी है एसएसपी साहब ਉਹਦੇ ਘਰਦੇ ਨੂੰ ਪਤੀ ਉਹਦੇ ਨੂੰ ਨਿਰਮਲ ਸਿੰਘ ਨੂੰ ਜਿਹੜਾ ਮੈਂਟਲੀ ਟੋਰਚਰ ਕੀਤਾ, ਜਿਸ ਬਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਖਲਚੀਆਂ ਨੇ, ਜਿਹੜੀ ਅਸੀਂ ਇਨਕੁਆਇਰੀ ਲਈ ਚੌਂਕੀ ਇੰਚਾਰਜ ਬਾਬਾ ਬਗਾਲਾ ਨੂੰ ਮਾਰ ਕੀਤੀ ਹੈ। ਇਨਕੁਆਇਰੀ ਤੋਂ ਬਾਅਦ ਜਿਹੜੀ ਸਾਰੀ ਜਿਹੜੀ ਤਫਤੀਸ਼ ਤੋਂ ਬਾਅਦ ਜੋ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਜੀ ਇਹ 'ਚ ਆਡੀਓ ਵੀਡੀਓ ਵੀ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਵਿੱਚ। ਹਾਂਜੀ, ਆਡੀਓ ਵਿੱਚ ਮੈਂ ਸੁਣੀ ਹੈ ਆਡੀਓ, ਉਹਦੇ 'ਚ ਵੀ ਉਹਦੇ ਖਿਲਾਫ਼ ਉਹਨੇ ਗਲਤ ਅਲੀਗੇਸ਼ਨ ਲਾਇਆ। ਇਹ ਮਸਲਾ ਅੱਜ ਤੋਂ ਇਹ ਕਹਿੰਦਾ ਕਿ ਮੇਰੇ ਨਾਲ ਸਾਲ ਤੋਂ ਪਹਿਲਾਂ ਕੋਈ ਇੱਦਾਂ ਦੀ ਗੱਲਬਾਤ ਹੋਈ ਆ, ਇਹ ਮੇਰੇ ਕੋਲ ਪੈਸੇ ਦਵਾਏ ਗਏ ਆ। ਉਸ ਵੇਲੇ ਨਾਨਿਮਾ ਮੌਜੂਦਾ ਸੀ, ਨਾਨਿਮੇ ਦੇ ਹੱਥ 'ਤੇ ਪੈਸੇ ਰੱਖੇ ਗਏ ਸੀ। ਫਿਰ ਇਹਨੇ ਇੱਧਰ ਉੱਧਰ ਦੇ ਦਬਾਅ ਪਾ ਕੇ ਸਿਆਸਤੀ ਤੌਰ ਕੋਲ 2 ਲੱਖ ਰੁਪਈਆ ਲਿਆ ਵਾ, ਅਤੇ ਉਹਦੀ ਦਿਮਾਗੀ ਹਾਲਤ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਵੱਧ ਗਈ ਆ। ਫਿਰ 16 ਤਰੀਕ ਨੂੰ ਇਹਨੇ ਫੈਸਲਾ ਕੀਤਾ ਵਾ ਅਤੇ 18 ਤਰੀਕ ਨੂੰ ਵਾਇਰਲ ਕੀਤੀ ਆ ਵੀਡੀਓ, ਅਤੇ ਫੇਸਬੁੱਕ 'ਤੇ ਵੀਡੀਓ 'ਤੇ ਸਾਰੇ ਥਾਂ ਬਾਹਰਲਿਆਂ ਮੁਲਕਾਂ 'ਚ ਇਸਨੂੰ ਫੋਨ ਆਏ ਆ ਇਹਦੇ ਯਾਰਾਂ ਦੋਸਤਾਂ ਦੇ, ਅਤੇ ਇਹਨੇ ਟੈਨਸ਼ਨ ਜ਼ਿਆਦਾ ਲਈ ਆ, ਅਤੇ ਇਹ ਫਿਰ ਬਾਬੇ ਬਕਾਲੇ ਅਸੀਂ ਹੋਸਪਿਟਲ ਵਿਖਾ ਲਿਆ। ਕਿਹੜਾ ਬੰਦਾ ਜੀ ਜਿਹੜਾ ਵੀਡੀਓ ਵਾਇਰਲ? ਵੀਡੀਓ ਵਾਇਰਲ ਬਲਵਿੰਦਰ ਫੌਜੀ ਆ ਜੀ, ਖਲਚੀਆਂ ਤੋਂ। ਕੀ ਵਜ੍ਹਾ ਜੀ ਵੀਡੀਓ ਵਾਇਰਲ? ਉਹ ਵੀਡੀਓ ਵਾਇਰਲ ਕਰਨ ਲਈ ਆਉਂਦਾ, ਮੇਰੇ ਨਾਲ ਠੱਗੀ ਮਾਰੀ ਆ, ਅਤੇ ਇਹ ਸਾਬਤ ਕਰੇ ਵੀ ਠੱਗੀ ਕਾਹਦੇ ਵਾਸਤੇ ਮਾਰੀ, ਕੀ ਕੀਤਾ ਵਾ। ਅਸੀਂ ਉਹਨੂੰ ਕਿਹਾ ਵੀ ਕਿ ਇਹ ਸਾਡੇ ਮੁੰਡੇ ਨੇ ਇਹ ਕੰਮ ਨਹੀਂ ਕੀਤਾ, ਪਰ ਉਹਨੇ ਬਹੁਤ ਜ਼ਿਆਦਾ ਦਬਾਅ ਪਾ ਕੇ ਇੱਥੇ, ਅਤੇ 2 ਲੱਖ ਰੁਪਈਆ ਲਿਆ ਵਾ 16 ਤਰੀਕ ਨੂੰ, ਅਤੇ 18 ਤਰੀਕ ਨੂੰ ਇਹਦੀ ਵੀਡੀਓ ਪਾਤੀ ਆ, ਅਤੇ ਇਹਨੂੰ 1-2 ਦਿਨਾਂ ਦੇ ਵਿੱਚ ਇਹ ਮੁੜ ਕੇ ਫਿਰ ਇੱਦਾਂ ਕਰਨ ਲੱਗ ਪਿਆ। ਕਿੰਨੇ ਬੱਚੇ ਨੇ ਤੁਹਾਡੇ? ਇਹਨਾਂ ਦੀਆਂ 3 ਬੇਟੀਆਂ ਜੀ, ਇੱਕ ਤਾਂ ਹੁਣ ਵੱਡੀ ਪ੍ਰਸ਼ਨ ਆਈ ਆ, ਪਹਿਲਾਂ ਜੋੜੀਆਂ। ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਇਸ ਬਾਰੇ? ਹਾਂਜੀ ਹਾਂਜੀ, ਉਹਨਾਂ ਕੋਲ 26-3 ਦੀ ਇੱਥੇ ਦਰਖਾਸਤ ਆਈ ਆ ਬਾਬਾ ਬਕਾਲਾ ਚੌਂਕੀ। ਕੀ ਸੁਣਵਾਈ ਹੋਈ ਹੈ? ਸੁਣਵਾਈ ਉਹ ਇੱਕ ਦਿਨ ਬੈਠਕ ਹੋਈ ਆ ਉਹਨਾਂ ਨਾਲ, ਉਹ ਅੱਜ 20 ਤਰੀਕ ਦਾ ਟਾਈਮ ਲੈ ਕੇ ਗਿਆ ਸੀ, ਉਹ ਅੱਜ ਨਹੀਂ ਆਇਆ, ਅਤੇ ਅੰਚਾਰ ਸਾਹਿਬ ਦੇ ਗਾੜੀ ਬੇਨਤੀ ਕਰਦੇ ਹਾਂ ਅਤੇ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਆ ਕੀਤੀ ਜਾਵੇ, ਕਿਉਂਕਿ ਸਾਨੂੰ ਸਾਡਾ ਇਨਸਾਫ ਦਵਾਇਆ ਜਾਵੇ। ਮੈਂ ਮੇਘਨਾਥ ਭਗਵਾਨ ਵਾਲਮੀਕਿ ਆਰੀ ਧਰਮ ਸਮਾਜ ਤੋਂ। ਸਾਡੀ ਸੰਸਥਾ ਦਾ ਜੋ ਕਿ
ਤਹਿਸੀਲ ਬਾਬਾ ਬਕਾਲਾ ਦਾ ਪ੍ਰਧਾਨ ਪ੍ਰੇਮ ਸਿੰਘ, ਜਿਸ ਦਾ ਭਰਾ ਨਿਰਮਲ ਸਿੰਘ ਉਰਫ ਨਿੰਮਾ ਜੋ ਕਿ ਬਾਬਾ ਬਕਾਲਾ ਦਾ ਵਸਨੀਕ ਹੈ ਅਤੇ ਡੀ ਜੇ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ, ਜਿਸ ਨੂੰ ਕਾਫੀ ਮਹੀਨਿਆਂ ਤੋਂ ਉਸ ਦਾ ਹੀ ਇੱਕ ਰਿਸ਼ਤੇਦਾਰ ਜਿਸ ਦਾ ਨਾਮ ਬਲਵਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਫੌਜੀ ਹੈ ਜੋ ਕਿ ਖਲਚੀਆਂ ਦਾ ਵਸਨੀਕ ਹੈ, ਉਸਨੇ ਇਹਨੂੰ ਇੰਨਾ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਅਤੇ ਮਾਨਸਿਕ ਪਰੇਸ਼ਾਨ ਕਰਕੇ ਵਿੱਚ ਮੋਹਤਰ ਬੰਦਿਆਂ ਨੇ 16/3/2019 ਨੂੰ ਇਸ ਪਾਸੋਂ ਦਬਾਅ ਹੇਠ 2 ਲੱਖ ਰੁਪਏ ਵਸੂਲ ਕੀਤਾ, ਜਿਸ ਦੀ ਰਾਜਨਾਮੇ ਦੀ ਕਾਪੀ ਵੀ ਸਾਡੇ ਪਾਸ ਮੌਜੂਦ ਹੈ। ਉਸ ਤੋਂ ਬਾਅਦ ਵਸੂਲ ਕਰਨ ਤੋਂ ਬਾਅਦ ਹੋਰ ਲਾਲਚ ਦੇ ਦੌਰਾਨ 18/3/2019 ਨੂੰ ਉਸ ਦੀ ਇੱਕ ਫੋਟੋ ਲਗਾ ਕੇ ਆਡੀਓ ਵਾਇਰਲ ਕੀਤਾ ਸੋਸ਼ਲ ਮੀਡੀਆ 'ਤੇ, ਵਟਸਅਪ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਦੇ ਉੱਤੇ। ਇਹ ਦੱਸਿਆ ਕਿ ਇਹ ਵਿਅਕਤੀ ਇੱਕ ਠੱਗ ਹੈ, ਜਦਕਿ ਨਿਰਮਲ ਸਿੰਘ ਉਰਫ ਨਿੰਮੇ 'ਤੇ ਅੱਜ ਤੱਕ ਕਿਸੇ ਵੀ ਪੰਜਾਬ ਦੇ ਥਾਣੇ 'ਤੇ ਕਿਸੇ ਵੀ ਕਿਸਮ ਦਾ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਅਤੇ ਪਾਕ ਅਤੇ ਫਾਕ ਛਵੀ ਵਾਲਾ ਵਿਅਕਤੀ ਹੈ, ਜਿਸ ਦਾ ਕਿ ਰਾਜਨੀਤਿਕ ਅਸਰ ਰਸੂਖ ਵਾਲਾ ਵਿਅਕਤੀ ਸੀ, ਪਰ ਇਸ ਨੇ ਉਸਦੀ ਛਵੀ ਇੰਨੀ ਖਰਾਬ ਕੀਤੀ ਕਿ ਉਸਨੂੰ ਮਾਨਸਿਕ ਤੌਰ 'ਤੇ ਇੰਨਾ ਬਿਮਾਰ ਕੀਤਾ ਕਿ ਉਹਨੂੰ ਦਿਮਾਗੀ ਦੌਰੇ ਪੈਣ ਲੱਗ ਪਏ ਅਤੇ ਜਿਸ ਦਾ ਇਲਾਜ ਮਾਣਯੋਗ ਸਿਵਲ ਹਸਪਤਾਲ ਪਹਿਲਾਂ ਬਾਬਾ ਬਕਾਲੇ ਚੱਲਦਾ ਸੀ, ਜਿੱਥੇ ਉਹਦੀ ਹਾਲਤ ਨੂੰ ਗੰਭੀਰ ਵੇਖਦਿਆਂ ਉਹਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਮਨਰੋਗਾਂ ਦੇ ਜਿਹੜੇ ਡਾਕਟਰ ਨੇ ਉਹਦਾ ਇਲਾਜ ਕਰ ਰਹੇ ਨੇ ਅਤੇ ਪ੍ਰਾਈਵੇਟ ਡਾਕਟਰ ਵੀ ਉਸਦਾ ਇਲਾਜ ਕਰ ਰਹੇ ਨੇ, ਜੋ ਕਿ ਅੱਜ ਹਾਲਾਤ ਤੁਸੀਂ ਆਪ ਖੁਦ ਦੇਖ ਸਕਦੇ ਹੋ ਕਿ ਦੋਸ਼ੀ ਦੀ ਹਾਲਾਤ ਹੋ ਚੁੱਕੀ ਆ ਕਿ ਉਹ ਆਪਣੇ ਪੈਰਾਂ 'ਤੇ ਖੜਾ ਵੀ ਨਹੀਂ ਹੋ ਸਕਦਾ। ਹਾਂਜੀ ਹਾਂਜੀ, ਮਾਨਯੋਗ ਐਸ ਐਸ ਪੀ ਸਾਹਿਬ ਨੇ ਜਿਹੜੀ ਆ 26/3/2019 ਨੂੰ ਇਸ ਦੀ ਦਰਖਾਸਤ ਦਿੱਤੀ, ਜੋ ਕਿ ਚੌਂਕੀ ਬਾਬਾ ਬਕਾਲਾ ਜੇ ਪਾਸ ਹੈ ਅਤੇ ਕਾਫੀ ਦਿਨ ਬੀਤਣ ਦੇ ਬਾਅਦ ਵੀ ਜਿਹੜੀ ਤਫਤੀਸ਼ ਹੋਣ ਦੇ ਬਾਵਜੂਦ ਮੁਕੱਦਮਾ ਨਹੀਂ ਦਰਜ ਹੋ ਰਿਹਾ, ਕਿਉਂਕਿ ਦੋਸ਼ੀ ਜਿਹੜਾ ਹੈ ਇੱਕ ਰਾਜਨੀਤਿਕ ਅਸਰ ਰਸੂਖ ਵਾਲਾ ਵਿਅਕਤੀ ਹੈ ਅਤੇ ਮੌਜੂਦਾ ਸਰਕਾਰ ਦਾ ਸ਼ਾਇਦ ਉਹ ਮੇਰੇ ਖਿਆਲ ਨਾਲ ਕੋਈ ਨੁਮਾਇੰਦਾ ਹੈ। ਇਸ ਕਰਕੇ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਜਲਦ ਤੋਂ ਜਲਦ ਮੁਕੱਦਮਾ ਦਰਜ ਕੀਤਾ ਹੈ, ਜੇ ਨਹੀਂ ਹੁੰਦਾ ਤਾਂ ਫਿਰ 7 ਦਿਨਾਂ ਬਾਅਦ ਸਾਡੀ ਸਾਰੀ ਜਿਹੜੀ ਸੰਸਥਾਵਾਂ ਵਾਲਮੀਕਿ ਭਾਈਚਾਰੇ ਦੀ ਜਿੰਨੀਆਂ ਵੀ ਸੰਸਥਾ ਜਥੇਬੰਦੀਆਂ ਨੇ ਉਹ ਨੈਸ਼ਨਲ ਹਾਈਵੇ ਬੰਦ ਕਰਨਗੀਆਂ।